ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ। ਅੱਜ ਬਈ ਆਪਾਂ ਤੁਹਾਨੂੰ ਸਾਰਿਆਂ ਨੂੰ ਇੱਕ ਨੁਕਰੀ ਘੋੜੀ ਦਿਖਾਉਣ ਲੱਗਿਆਂਗੇ। ਅਤੇ ਇਹ ਘੋੜੀ ਬਈ ਫੋਰ ਸੇਲ ਆ, ਵਿਕਾਊ ਹੈਗੀ। ਸੋ ਜੇ ਕਿਸੇ ਭਰਾ ਨੇ ਬਈ ਘੋੜੀ ਖਰੀਦਣੀ ਹੋਵੇ ਤਾਂ ਆਪਾਂ ਆਪਣੇ ਬਾਈ ਦਾ ਵੀਰੇ ਨੰਬਰ ਦੇਵਾਂਗੇ ਵੀਡੀਓ ਦੇ ਵਿੱਚ, ਜਿਹੜੇ ਭਰਾ ਮਤਲਬ ਵੀ ਘੋੜੀ ਦੇ ਓਨਰ ਨੇ। ਅਤੇ ਜੇ ਕਿਸੇ ਭਰਾ ਨੇ ਬਈ ਘੋੜੀ ਖਰੀਦਣੀ ਹੋਵੇ ਤਾਂ ਆਪਣੇ ਬਾਈ ਨੂੰ ਬਈ ਕਾਲ ਲਾ ਲਿਓ। ਅਤੇ ਘੋੜੀ ਦੀ ਨਾ ਬਈ ਮੋਟੀ ਮੋਟੀ ਜਿਹੜੀ ਡਿਟੇਲ ਆ ਉਹ ਮੈਂ ਤੁਹਾਡੇ ਸਾਰਿਆਂ ਨਾਲ ਬਈ ਸ਼ੇਅਰ ਕਰ ਦਾਂਗਾ। ਅਤੇ ਘੋੜੀ ਦੀ ਹਾਈਟ ਆ ਬਈ ਪ੍ਰੋਪਰ 61 ਇੰਚ, ਜੋ ਬਾਈਆਂ ਨੇ ਆਪਾਂ ਨੂੰ ਮਤਲਬ ਵੀ ਦੱਸੀ ਹੈਗੀ। ਅਤੇ 61 ਇੰਚ ਵੀਰੇ ਹਾਈਟ ਹੈਗੀ ਘੋੜੀ ਦੀ ਪ੍ਰੋਪਰ। ਅਤੇ 5-6 ਮਹੀਨੇ ਵੀਰੇ ਭਰਾ ਨੇ ਦੱਸਿਆ ਵੀ ਸੂਈ ਨੂੰ ਹੋ ਗਏ ਘੋੜੀ ਨੂੰ। ਅਤੇ ਹੁਣ ਬਈ ਦੁਬਾਰਾ 15-16 ਦਿਨ ਬਾਈ ਕਹਿੰਦੀ, ਕਹਿੰਦਾ ਵੀ ਮੇਟ ਕਰਵਾਈ ਨੂੰ 15-16 ਦਿਨ ਹੋ ਗਏ ਦੁਬਾਰਾ। ਅਤੇ ਵੀਡੀਓ ਵਗੈਰਾ ਬਾਈ ਕਹਿੰਦਾ ਆਪਣੇ ਕੋਲ ਹੈਗੀ ਹੈਗੀ। ਤਾਂ ਜੇ ਕੋਈ ਭਰਾ ਬਾਈ ਖਰੀਦੂਗਾ ਘੋੜੀ ਤਾਂ ਉਹ ਵੀਡੀਓ ਵਗੈਰਾ ਆਪਣੇ ਭਰਾ ਤੋਂ ਬਈ ਮਤਲਬ ਵੀ ਲੈ ਸਕਦਾ ਗਾ ਮੀਟਿੰਗ ਦੀ। ਅਤੇ ਦੁਬਾਰਾ ਬਈ ਮੈਂ ਫਿਰ ਰਿਪੀਟ ਕਰ ਰਿਹਾ, 5-6 ਮਹੀਨੇ ਬਾਈ ਕਹਿੰਦਾ ਸੂਈ ਨੂੰ ਹੋ ਗਏ ਅਤੇ 15-16 ਦਿਨ ਬਾਈ ਦੁਬਾਰਾ ਮੇਟ ਕਰਵਾਈ ਨੂੰ ਹੋ ਗਏ। ਅਤੇ ਸਵਾਰੀ ਸਵੂਰੀ ਦੀ ਬਾਈ ਕਹਿੰਦਾ ਬਈ ਘੋੜੀ ਬਿਲਕੁਲ ਪਾਸ ਹੈਗੀ, ਮਤਲਬ ਵੀ ਰੇਵੀਆ ਚਾਲ ਵਗੈਰਾ ਚੱਲਦੀ ਹੈਗੀ। ਅਤੇ 6 ਸਾਲ ਬਈ ਬਾਈ ਨੇ ਆਪਾਂ ਨੂੰ ਉਮਰ ਦੱਸੀ ਸੀ ਘੋੜੀ ਦੀ, ਅਤੇ 6 ਸਾਲ ਉਮਰ ਹੋ ਗਈ ਬਾਈ। ਬਾਡੀ ਬੁੱਡੀ ਦੀ ਬਾਈ ਘੋੜੀ ਬਹੁਤ ਖੁੱਲ੍ਹੀ ਆ, ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੋਗੇ। ਅਤੇ 5-6 ਮਹੀਨੇ ਬਾਈ ਸੂਈ ਨੂੰ ਬਾਲ ਭੋਰੀ ਵੀਰੇ ਭਰਾ ਕਹਿੰਦਾ ਵੀ ਬਾਈ ਛਿੱਟਾ ਜ਼ਰੂਰ ਆ ਕਹਿੰਦੇ ਘੋੜੀ ਥੱਲੇ, ਬਾਕੀ ਹੋਰ ਕਹਿੰਦੇ ਕੋਈ ਵੀ ਭੋਰੀ ਇੱਦਾਂ ਦੀ ਨਹੀਂ ਹੈਗੀ ਵੀ ਜਿਹੜਾ ਅਗਲਾ ਕਾ ਕੇ ਹੱਥ ਧਰ ਦੇਵੇ ਵੀ ਕੋਈ ਹੈਗੀ ਹੈਗੀ। ਕਹਿੰਦਾ ਕਿ ਛਿੱਟਾ ਜ਼ਰੂਰ ਆ ਕਹਿੰਦਾ ਲੰਮਾ, ਕਹਿੰਦਾ ਹੋਰ ਕੋਈ ਮਤਲਬ ਵੀ ਕਿਸੇ ਪ੍ਰਕਾਰ ਦੀ ਕਹਿੰਦੇ ਕੋਈ ਭੋਰੀ ਨਹੀਂ ਹੈਗੀ। ਅਤੇ ਰੇਟ ਵੀਰੇ ਬਾਈ ਨੇ ਆਪਾਂ ਨੂੰ ਨਹੀਂ ਦੱਸਿਆ, ਰੇਟ ਵੀਰੇ ਤੁਸੀਂ ਆਪਣੇ ਭਰਾ ਨੂੰ ਫੋਨ ਕਰਕੇ ਪੁੱਛ ਸਕਦੇ ਹੋਗੇ। ਇੱਕ ਵਾਰੀ ਨਾ ਮੈਂ ਸਾਰੀ ਡਿਟੇਲ ਜੋ ਵੀ ਆਪਾਂ ਨੂੰ ਬਾਈ ਨੇ ਦੱਸੀ ਹੈਗੀ ਮੈਂ ਸਾਰੀ ਬਾਈ ਰਿਪੀਟ ਕਰਦਾ। 6 ਸਾਲ ਵੀਰੇ ਬਾਈ ਨੇ ਉਮਰ ਕਹੀ ਹੈਗੀ, 5-6 ਮਹੀਨੇ ਸੂਈ ਨੂੰ ਹੋ ਗਏ ਅਤੇ ਹੁਣ 15 ਕੁ ਦਿਨ ਹੋ ਗਏ ਦੁਬਾਰਾ ਮੇਟ ਕਰਵਾਈ ਨੂੰ। ਅਤੇ 61 ਇੰਚ ਬਾਈ ਨੇ ਵੀਰੇ ਕੱਦ ਦੱਸਿਆ ਗਾ। ਅਤੇ ਮਤਲਬ ਵੀ ਬਾਕੀ ਬਾਈ ਤੁਸੀਂ ਕੋਈ ਡਿਟੇਲ ਜੇ ਹੋਰ ਲੈਣੀ ਤਾਂ ਬਾਈ ਨੇ ਆਪਾਂ ਨੂੰ ਕਾਲ ਕਰ ਸਕਦੇ ਹੋਗੇ। ਅਤੇ ਬਾਈਆਂ ਦਾ ਪਿੰਡ ਆ ਵੀਰੇ ਹੀਰੋ ਝਾੜੋ ਪਿੰਡ ਆ ਬਾਈ, ਹੀਰੋ ਚੀਮਿਆਂ ਦੇ ਲਵੇ ਪਿੰਡ ਰਹਿ ਜਾਂਦਾ ਬਾਈ, ਇਹ ਮਾਨਸਾ ਜ਼ਿਲ੍ਹੇ ਦਾ ਹੀਰੋ ਪਿੰਡ ਆ ਬਾਈ। ਸੁਨਾਮ ਤੋਂ ਹੈਗਾ ਅਪਰੋਕਸ ਮੇਰੇ ਅਕੋਰਡਿੰਗ ਵੀ 25-26 ਕਿਲੋਮੀਟਰ ਬਾਈ ਸੁਨਾਮ ਤੋਂ ਪਿੰਡ ਪੈਂਦਾ ਹੈਗਾ। ਅਤੇ ਬਾਕੀ ਬਾਈ ਕੋਈ ਭਰਾ ਜਿਹਨੇ ਖਰੀਦਣੀਆਂ ਜਾਂ ਦੇਖਣੀਆਂ ਤਾਂ ਆਪਣੇ ਭਰਾ ਨੂੰ ਬਾਈ ਆਪਣੇ ਲਵੀ ਨੂੰ ਉਹਦਾ ਨੰਬਰ ਦਿੰਦਾ ਬਾਈ ਮੈਂ ਸਕਰੀਨ 'ਤੇ, ਅਤੇ ਉਹਨੂੰ ਬਾਈ ਕਾਲ ਕਰਕੇ ਤੁਸੀਂ ਬਾਈ ਦੇ ਘਰ ਜਾ ਕੇ ਘੋੜੀ ਦੇਖ ਸਕਦੇ ਹੋਗੇ। 61 ਇੰਚ ਕਰਦਾ ਬਾਈ, 5-6 ਸਾਲ ਉਮਰ ਆ, 6 ਕੁ ਮਹੀਨੇ ਸੂਈ ਨੂੰ ਹੋ ਗਏ, 15 ਦਿਨ ਹੋ ਗਏ ਦੁਬਾਰਾ ਘੋੜਾ ਉੱਤੇ ਨੂੰ। ਧੰਨਵਾਦ ਵੀਰੇ ਸਾਰਿਆਂ ਦਾ, ਮਿਲਦੇ ਹਾਂ ਕਿਸੇ ਦਿਨ ਕਿਸੇ ਅਗਲੀ ਵੀਡੀਓ ਦੇ ਵਿੱਚ।